ਅਸੀਂ ਸਾਰੇ ਆਪਣੀ ਪਾਰਟੀ ਵੱਲੋਂ, ਆਪਣੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ, ਜੋ ਇੱਕ ਬਹੁਤ ਬਿਲਕੁਲ ਮਾਸੂਮ ਬੱਚੇ ਦੀ ਜਿਹੜੀ ਜਾਨ ਗਈ ਹੈ ਫਤਿਹਵੀਰ ਦੀ, ਉਹਦੇ ਲਈ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਵਿਅਕਤ ਕਰਦੇ ਹਾਂ। ਕਾਮਨਾ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸ ਨੰਨੀ ਜਿਹੀ ਛਾਂ, ਜਿਹੜੀ ਵਿਛੜੀ ਹੋਈ ਰੂਹ ਹੈਗੀ ਹੈ, ਇਸ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਪਰਿਵਾਰ ਦੇ ਨਾਲ ਸਾਡੀ ਹਮਦਰਦੀ ਹੈ। ਸਾਰੇ ਲੋਕਾਂ ਨੇ ਬਹੁਤ ਜ਼ਿਆਦਾ ਜੱਦੋਜਹਿਦ ਕੀਤੀ, ਔਰ ਅਨਫੋਰਚੁਨੇਟਲੀ ਮੇਰਾ ਖਿਆਲ ਹੈ ਕਿ ਪੰਜਾਬ ਗਵਰਨਮੈਂਟ ਜਾਂ ਗਵਰਨਮੈਂਟ ਆਫ ਇੰਡੀਆ, ਉਹਨਾਂ ਕੋਲ ਇੱਦਾਂ ਦਾ ਕੋਈ ਸਾਧਨ ਜਾਂ ਇਕਵਿਪਮੈਂਟ ਜਾਂ ਵਿਲ ਪਾਵਰ ਹੀ ਹੈ ਨਹੀਂ ਕਿ ਇਸ ਤਰ੍ਹਾਂ ਦੇ ਐਮਰਜੈਂਸੀ ਸਿਚੁਏਸ਼ਨ ਨੂੰ ਡੀਲ ਕਰਨ ਲਈ। ਕਨਫਿਊਜ਼ਨ ਬਹੁਤ ਜ਼ਿਆਦਾ ਰਹੀ, ਪਹਿਲਾਂ ਲੋਕਲ ਐਡਮਿਨਿਸਟ੍ਰੇਸ਼ਨ ਕਰਦੀ ਰਹੀ, ਫਿਰ NDRF ਆ ਗਈ, ਲਾਸਟ ਮੂਮੈਂਟ 'ਤੇ ਫੌਜ ਬੁਲਾਈ, ਜਦ ਨੂੰ ਬਹੁਤ ਲੇਟ ਹੋ ਚੁੱਕਾ ਸੀਗਾ, ਕਿਉਂਕਿ ਪੋਸਟਮਾਰਟਮ ਦੇ ਰਿਪੋਰਟਸ ਮੁਤਾਬਕ ਤਾਂ ਇਹ ਆ ਕਿ ਬੱਚੇ ਦੀ ਮੌਤ 4 ਦਿਨ ਪਹਿਲਾਂ ਹੋ ਚੁੱਕੀ ਸੀ ਬੋਰਵੈਲ ਦੇ ਵਿੱਚ। ਸੋ ਇਹ ਜਿਹੜੀ ਇਹਨਾਂ ਦੇ ਕੋਲ ਟੈਕਨੀਕ ਸੀ, ਉਹ ਬਹੁਤ ਆਬਸਲੀਟ ਹੈ, ਬਹੁਤ ਕਮਜ਼ੋਰ ਹੈ। ਔਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਲਟੀਮੇਟਲੀ ਬੋਰ ਉਸੇ 'ਚੋਂ ਕੱਢਿਆ ਗਿਆ ਜਿਸ ਬੋਰ ਦੇ ਵਿੱਚ ਬੱਚਾ ਡਿੱਗਿਆ ਸੀਗਾ। ਭਾਵਾਂ ਕਿ ਅਸੀਂ ਓਪੋਜੀਸ਼ਨ ਵਿੱਚ ਆ, ਸਾਡਾ ਬਹੁਤ ਵੱਡਾ ਫਰਜ਼ ਬਣਦਾ, ਪਰ ਅਸੀਂ ਜਾਣ ਬੁੱਝ ਕੇ ਉੱਥੇ ਬਹੁਤ ਜ਼ਿਆਦਾ ਓਬਸਟ੍ਰਕਸ਼ਨ ਕ੍ਰੀਏਟ ਨਹੀਂ ਕੀਤੀ, ਕਿਉਂਕਿ ਰੈਸਕਿਊ ਟੀਮਸ ਲੱਗੀਆਂ, ਲੋਕਾਂ ਨੇ ਆਪਣਾ ਪੂਰਾ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਦੇ ਵਿੱਚ ਮੁਦਾਖਲਤ ਵੀ ਹੁੰਦੀ ਹੈ, ਲੇਕਿਨ ਗਵਰਨਮੈਂਟ ਆਪਣੀ ਰਿਸਪੋਂਸਿਬਿਲਿਟੀ ਤੋਂ ਨਹੀਂ ਭੱਜ ਸਕਦੀ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਕੁਝ ਦਿਨਾਂ ਤੋਂ ਐਂ ਜਿੱਦਾਂ ਪੰਜਾਬ ਅਬੈਂਡਨ ਕਰ ਦਿੱਤਾ ਹੁੰਦਾ, ਵੱਡੇ ਬਹੁਤ ਵੱਡੇ ਸੀਰੀਅਸ ਇਸ਼ੂਜ਼ ਅਰਾਈਜ਼ ਹੋਏ ਪੰਜਾਬ ਦੇ ਵਿੱਚ। ਜਸਪਾਲ ਮਰ ਗਿਆ, ਇੱਕ ਮੁੰਡਾ ਫਰੀਦਕੋਟ ਵਿੱਚ ਪੁਲਿਸ ਕਸਟਡੀ ਵਿੱਚ, ਉਹਦੀ ਕਿਸੇ ਨੇ ਲਾਸ਼ ਨਹੀਂ ਦਿੱਤੀ ਅੱਜ ਤੱਕ। ਉਸ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਨਾ ਵੀ ਮੁਨਾਸਬ ਨਹੀਂ ਸਮਝਿਆ, ਕੋਈ ਸ਼ਬਦ ਨਹੀਂ ਬੋਲੇ। ਵਿਜ਼ਿਟ ਤਾਂ ਚਲੋ ਕੀ ਕਰਨਾ ਸੀਗਾ, ਨਾ DGP ਪੰਜਾਬ ਦਾ ਕਿਸੇ ਗੱਲ ਦੇ ਉੱਤੇ ਬੋਲਦਾ ਵਾ, ਚਾਹੇ ਧੂਰੀ ਦਾ ਬਲਾਤਕਾਰ ਹੋ ਜਾਵੇ, ਚਾਹੇ ਟ੍ਰਿਪਲ ਮਰਡਰ ਹੋ ਜਾਵੇ ਤਰਨ ਤਾਰਨ ਦੇ ਵਿੱਚ, ਚਾਹੇ ਛੋਟੀ ਬੱਚੀ ਨਾਲ ਜਲੰਧਰ ਅੰਮ੍ਰਿਤਸਰ ਬਲਾਤਕਾਰ ਹੋ ਜਾਣ, ਕੋਈ ਪੁਲਿਸ ਵਾਲਾ ਇਹ ਵੀ ਨਹੀਂ ਸਮਝਦਾ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਸਪੌਟ ਵਿਜ਼ਿਟ ਕਰਾਂ ਜਾਂ ਉੱਥੇ ਜਿਹੜਾ ਪਰਿਵਾਰ ਹੈ ਪੀੜਤ ਉਹਨਾਂ ਨੂੰ ਮਿਲ ਕੇ ਅਸੀਂ ਉਹਨਾਂ ਨੂੰ ਢਾਰਸ ਦਵਾਈਏ। ਚੀਫ ਮਿਨਿਸਟਰ ਬਹੁਤ ਦੂਰ ਦੀ ਗੱਲ ਹੈ, ਆਮ ਜਿਹੜੇ ਮੁਲਾਜ਼ਮ ਨੇ, ਜਿਹੜੇ DGP ਲੈਵਲ ਦੇ ਅਫਸਰਸ ਨੇ, ਜਿਹਨਾਂ ਦੀ ਇਹ ਪ੍ਰਾਈਮ ਡਿਊਟੀ ਆ ਅਬਾਊਟ ਲਾਅ ਐਂਡ ਆਰਡਰ, ਉਹ ਇਹਦੇ 'ਤੇ ਨਾ ਤਾਂ ਕੋਈ ਟਿੱਪਣੀ ਕਰਨ ਨੂੰ ਤਿਆਰ ਆ, ਅਤੇ ਨਾ ਹੀ ਕੋਈ ਉਹਨਾਂ ਨੂੰ ਵਿਜ਼ਿਟ ਕਰਕੇ ਕਿਸੇ ਤਰ੍ਹਾਂ ਦੀ ਇਨਕੁਆਇਰੀ ਆਰਡਰ ਕਰਨ ਲਈ ਤਿਆਰ ਆ। ਜਸਪਾਲ ਦਾ ਜਿਹੜਾ ਕਤਲ ਕੇਸ ਆ, ਇਹਦੇ 'ਚ ਆਟੋਮੈਟਿਕਲੀ ਪਹਿਲੇ ਦਿਨ ਹੀ ਜੁਡੀਸ਼ੀਅਲ ਇਨਕੁਆਇਰੀ ਹੋ ਜਾਣੀ ਚਾਹੀਦੀ ਸੀਗੀ, ਔਰ ਨਾ ਕਿਸੇ ਨੇ SSP ਦੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਨਾ ਕੋਈ ਅੱਜ ਤੱਕ ਬੋਡੀ ਦਿੱਤੀ ਉਹਦੇ 'ਤੇ, ਨਾ ਕੋਈ ਪਤਾ ਲੱਗਿਆ ਕਿ ਕੀ ਆਪਸ ਵਿੱਚ ਕੰਪਰੋਮਾਈਜ਼ ਹੋਇਆ ਪਰਿਵਾਰ ਦੇ ਨਾਲ। ਐਕਸ਼ਨ ਕਮੇਟੀ ਨੂੰ ਬਾਈਪਾਸ ਕਰਕੇ ਜਿਹੜੇ ਲੋਕਾਂ ਲਈ ਸੰਘਰਸ਼ ਕਰਦੇ ਆ, ਪਰਿਵਾਰ ਨੇ ਚੱਕੇ ਸਿੱਧਾ ਸਿੱਧਾ ਉਹਨਾਂ ਨਾਲ ਸਮਝੌਤਾ ਕਰਤਾ। ਇਹ ਉਹੀ ਗੱਲ ਹੋਈ ਜਦੋਂ ਮੋਗੇ ਦੇ ਵਿੱਚ ਇੱਕ ਵਾਰ ਇੱਕ ਦਲਿਤ ਲੜਕੀ ਨੂੰ ਬਾਦਲਾਂ ਦੀ ਬੱਸ ਨੇ ਦਰੜ ਦਿੱਤਾ ਸੀਗਾ। ਸਾਰੀਆਂ ਪੋਲੀਟੀਕਲ ਪਾਰਟੀਆਂ ਜਾ ਕੇ ਧਰਨੇ ਲਾਉਂਦੀਆਂ ਵਾ, ਅਤੇ ਮੋਗੇ ਦੇ ਬਾਅਦ 'ਚ ਪਤਾ ਲੱਗਦਾ ਕਿ ਸਰਕਾਰ ਉਸ ਗਰੀਬ ਪਰਿਵਾਰ ਦੇ ਨਾਲ ਅੰਦਰ ਖਾਤੇ ਬੈਠ ਕੇ ਸਮਝੌਤਾ ਕਰਕੇ, ਅਤੇ ਉਹਨਾਂ ਨੂੰ ਜਿੱਦਾਂ ਕਹਿੰਦੇ ਆ ਕਿ ਛੋਟੇ ਮੋਟੇ ਲਾਲਚ ਵਿੱਚ ਲੈ ਕੇ ਆ ਜਾਂਦਾ। ਇਹ ਇਨਸਾਫ ਪਸੰਦੀ ਨਹੀਂ ਗੀ, ਇਹ ਚਲਾਕੀਆਂ ਦਾ ਰਾਜ ਆ, ਇਹ ਕੋਈ ਦਿਆਨਤਦਾਰੀ ਦਾ, ਅਤੇ ਜਿੱਦਾਂ ਲੋਕਾਂ ਨੂੰ ਅਸਲ ਸਹੀ ਮਾਇਨਿਆਂ ਵਿੱਚ ਇਨਸਾਫ ਮਿਲਣਾ ਚਾਹੀਦਾ, ਇਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਸੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਰੋਲ ਇਨ ਐਬਸੈਂਸ਼ੀਆ ਐਜ਼ ਚੀਫ ਮਿਨਿਸਟਰ ਇਜ਼ ਹਾਈਲੀ ਕੰਡੈਮਨੇਬਲ, ਔਰ ਉਸਨੇ ਇਸ ਵੱਡੇ ਇਸ਼ੂ ਦੇ ਉੱਤੇ ਵੀ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਆਪਣੀ ਜਿਹੜੀ ਪਰਸਨਲ ਇੰਟਰਫੇਰੈਂਸ ਬਿਲਕੁਲ ਨਹੀਂ ਦਿਖਾਈ, ਨਾ ਹੀ ਕੋਈ ਕਰੜਾ ਐਕਸ਼ਨ ਲਿਆ ਜਿਹਦੀ ਬਦੌਲਤ ਇੱਕ ਮਾਸੂਮ ਬੱਚੇ ਦੀ ਜਾਨ ਗਈ ਹੈ।